ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਨਾਦਰੀਨ, ਮੈਂ ਤੁਹਾਡਾ ਮੇਜ਼ਬਾਨ ਅਸਗਰ ਗੁੱਜਰ। ਤੁਸੀਂ ਵੇਖ ਰਹੇ ਗੁੱਜਰ ਟੀ ਵੀ ਆਰਫ ਵਾਲਾ, ਹਰ ਰੋਜ਼ ਬਿਹਤਰੀਨ ਅਤੇ ਆਲਾ ਕੁਆਲਿਟੀ ਦੇ ਪੁਰਾਣੇ ਮੋਡ ਬਣੋ। ਇਹ ਉਰਲੀ ਪਿਛਲੀ ਮਾਈ ਮੋਡ, ਹਰ ਰੋਜ਼ ਬਿਹਤਰੀਨ ਅਤੇ ਆਲਾ ਕੁਆਲਿਟੀ ਜਨਰਲ ਇੱਕ ਦੋ ਸਿਮ ਚਾਦਰ ਹੋਈਦਾ। ਅੱਜ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਦੋ ਮੱਝਾਂ ਵਾ, ਬਰਲ ਦਿਨ ਕੱਢਦੀਆਂ ਵਾ, ਦਿਹਾੜੇ ਕੱਢਣੀ ਆ ਕੋਈ 10-10 ਤੋਂ 15-15 ਮੱਝਾਂ। ਅੱਲਾ ਦੇ ਹੁਕਮ ਨਾਲ ਪੂਰੀਆਂ ਵੱਡੀਆਂ ਅਤੇ ਪੂਰੇ ਸ਼ੌਕ ਵਾਲੀਆਂ, ਰੇਟ ਇਹਨਾਂ ਦੇ ਇਨਸ਼ਾਅੱਲਾ ਤਿਆਰ ਹੋਈਆਂ ਦੇ ਹੋਣਗੇ। ਸ਼ੌਕ ਕਰਾ ਰਿਹਾ ਭਰਾਵਾਂ ਨੂੰ, ਪੱਟੀਆਂ ਦੇ ਘਰ ਦੀ ਮੱਝ ਆ ਅਤੇ ਬੜੀ ਸਾਰੀ ਨਸਲ ਜੀ ਹੈ। ਜਨਮ 9 ਕਸੇ ਹੋਏ ਮੱਝਾਂ ਨੂੰ, ਇਹ ਨਹੀਂ ਵੀ ਪੈਰ ਬਣਾਏ ਹੋਣ, ਫਿਰ ਮੱਝ ਨੂੰ ਖੁੱਡਾ ਕਿੱਡਾ ਸੋਹਣਾ ਵਾ। ਪੂਰੀ ਮੱਝ ਪਲੀ ਸੁਥਰੀ ਆ, ਬਟਨ ਕਈ ਦੋਸਤਾਂ ਦੇ ਬੜੇ ਪਿਆਰੇ ਬਟਨ, ਅਤੇ ਸੂਣ ਦੇ ਵਿੱਚ ਮੱਝ ਕਮ ਸੇ ਕਮ 15-15-20-20 ਦਿਨ ਲੈਣੀ ਆ ਦੋਵੇਂ। ਇੱਕ ਮਾਈ ਮਿਣੀ ਆ, ਇਹ ਮਾਈ ਦੂਜਣ ਦੋਸਤ ਵਿੱਚ ਚੈੱਕ ਕਰਨਾ ਜ਼ਰਾ ਮੱਝਾਂ ਨੂੰ, ਮੱਝਾਂ ਇਨਸ਼ਾਅੱਲਾ ਨਜ਼ਾਰੇ ਵਾਲੀਆਂ। ਬਸ ਰੁਕਣਾ ਨਾ 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 ਡਿੱਗਣਾ ਤੂੰ। ਇਹ ਮਾਈ ਮਿਣੀ, ਇਹ ਤੀਜਣ, ਲੇਕਿਨ ਮੱਝਾਂ ਦੀਆਂ ਖੂਬਸੂਰਤੀਆਂ ਜਾਂ ਬਰੀਕੀਆਂ ਅੱਲਾ ਦੇ ਹੁਕਮ ਨਾਲ, ਥਾਣਾਂ ਦੇ ਵਾਧੇ ਘਾਟੇ, ਤਸੱਲੀਆਂ ਗਰੰਟੀਆਂ, ਪੈਸੇ ਦੇ ਕੇ ਮਾਲ ਲਈਦਾ ਅਤੇ ਤਸੱਲੀਆਂ ਕਰੀਦੀਆਂ ਬਿਲਕੁਲ। ਇੱਕ ਮੱਝ ਮਿਣੀ, ਇੱਕ ਮੱਝ ਚੂਰ ਕੁੰਡੀ ਆ। ਲਿਬਾਸ ਬੜੇ ਬੜੇ ਸੋਹਣੇ ਅਤੇ ਵੱਡੇ ਬਣਾਉਣੇ ਆ। ਪਿੱਛੇ ਨੂੰ ਮੁੜਦੇ ਆ, ਬਸ ਦੋਸਤਾਂ ਨੂੰ ਸ਼ੌਕ ਕਰਾ ਰਹੇ ਹਾਂ, ਨਾਲੇ ਦੋਸਤਾਂ ਨਾਲ ਹਲਵਾਏ ਹੋ ਜਾਣੀ ਆ। ਦੋਸਤਾਂ ਨੇ ਕਮਿਊਨਿਟੀ ਦੱਸਣਾ ਕੈਸੀਆਂ ਮਈਆਂ ਮੱਝਾਂ ਨੇ, ਦੋਨੋਂ ਧੁੰਨੀ ਕੋਲੀ ਬਿਲਕੁਲ ਨਿਸ਼ਾਨ ਹੈ ਨਹੀਂ, ਅਤੇ ਫਿਰ ਮੱਝਾਂ ਸੋਹਣੀਆਂ ਅਤੇ ਵੱਡੀਆਂ ਬੜੀਆਂ ਵਾ। ਇਹ ਮਾਈ ਤਾਂ ਬੜੀ ਸਾਰੀ ਪਿਆਰੀ ਮੱਝ ਆ, ਮਾਈ ਨੂੰ ਬਟਨ, ਖੁੱਡਾ, ਟਾਕਾਂ, ਥਾਣ, ਲਿਬਾਸ ਵੱਡੀ ਮੱਝ ਬੜੀ ਆ। ਸਿਰਫ ਦੋਸਤਾਂ ਨੂੰ ਸ਼ੌਕ ਕਰਾ ਰਹੇ ਹਾਂ, ਨਾਲ ਦੋਸਤਾਂ ਨਾਲ ਹਲਵਾਏ ਹੋ ਜਾਏਗੀ। ਇਹ ਕਮ ਸੇ ਕਮ ਮਾਈ ਨੇ 15-20 ਦਿਨ ਲੈ ਜਾਣੇ। ਕੱਚੀ ਮਾਈ ਲਿਬਾਸ ਸੋਹਣਾ ਬਣਾਏਗੀ, ਥਣਾਂ ਦਾ ਵਾਧਾ ਘਾਟਾ ਹੋਇਆ ਸਾਡੀ ਤਸੱਲੀ ਗਰੰਟੀ ਹੈ। ਜੈਨੂਅਨ ਮੱਝ ਪੱਟੀਆਂ ਦੇ ਘਰ ਦੀ ਆ, ਮੇਰਾ ਪਿੰਡ ਵੀ ਉਹ ਹੀ ਆ, ਉਸੇ ਪਿੰਡ ਦਾ ਰਹਿਣ ਵਾਲਾ ਵਾਂ, ਇਸ ਵਾਸਤੇ ਉੱਥੋਂ ਕੋਈ ਵੀ ਮਾਈ ਨਿਕਲਦੀ ਆ ਲੈ ਲਈਦੀ ਆ। ਮਾਈ ਬਹੁਤ ਪਿਆਰੀ ਆ। ਇਹ ਮਾਈ ਥੋੜ੍ਹੀ ਬਾਹਰੋਂ ਆਈ ਹੈ, ਮੀਣੀ ਆ ਮੱਝ, ਇਹਨੂੰ ਵੀ ਚੰਗੇ ਘਰ ਦਾ। ਇਹ ਮੱਝ ਉਸ ਤੋਂ ਪਹਿਲੇ ਸੋਵੇਗੀ, ਉਹ ਮੱਝ ਬਾਅਦ 'ਚ ਸੋਵੇਗੀ, ਅੱਗੋਂ ਕਰੋ ਗਰ। ਇਹ ਮੱਝ ਵੀ ਬੜੀ, ਮੈਂ ਰੁਕਣ ਦੇ ਰੁਕਣ ਦੇ ਰੁਕ, ਇਸ ਮੱਝ ਨੂੰ ਮਾਸ਼ਾਅੱਲਾ ਲਾਉਣਾ ਦੁੱਧ ਸ਼ੁਰੂ ਕਰਤਾ ਵਾ, ਅਤੇ ਲਿਬਾਸ ਇਹ ਦੋਸਤ ਚੱਕਰ ਤਾਂ ਕਿੱਥੋਂ ਰੱਖ ਕੇ ਅੱਲਾ ਦੇ ਹੁਕਮ ਨਾਲ ਕਿਤੇ ਜਾ ਰਿਹਾ, ਅਤੇ ਅੱਲਾ ਦੇ ਹੁਕਮ ਨੇ ਡੇਢ ਇੰਨੀਆਂ ਮੱਛੀਆਂ ਬਣਾਉਣੀਆਂ ਵਾ। ਹੱਡੀ ਇੱਕ, ਖੁੱਡਾ ਸੋਹਣਾ ਵਾ, ਇਨਸ਼ਾਅੱਲਾ ਇਹ ਦੋਸਤ ਚੈੱਕ ਕਰ ਲੈਣ ਲਿਬਾਸ। ਇਹ ਮੱਝ ਇਨਸ਼ਾਅੱਲਾ 10-8 ਦਿਨ ਦੇ ਵਿੱਚ ਵਿੱਚ ਨਾ ਤਿਆਰ ਹੋ ਜਾਣੀ। ਮੱਝਾਂ ਚੰਗੀਆਂ ਲੇਕਿਨ ਥੋੜ੍ਹੀਆਂ ਜਿਹੀਆਂ ਕੱਚੀਆਂ, ਤਿਆਰ ਹੋ ਜਾਣਾ ਇਨਸ਼ਾਅੱਲਾ 10-10 ਦਿਨਾਂ ਦੇ ਵਿੱਚ ਵਿੱਚ ਨਾ, 2 ਮਹੀਨੇ ਪੂਰੀਆਂ ਹੋਣੀਆਂ। ਹੋ ਸਕਦਾ ਸਰਦੀ ਹੁਣ ਸ਼ੁਰੂ ਹੋ ਗਈ ਹੈ, ਮੱਝਾਂ ਵੱਧ ਘੱਟ ਵੀ ਦੇਣ, ਫਿਰ ਮਾਈ ਵੱਡੀ ਬੜੀ ਹੈ, ਥਣਾਂ ਦੀ, ਪਿੱਛੇ ਦੀ, ਹਰ ਤਰ੍ਹਾਂ ਦੀ ਅੱਲਾ ਦੇ ਹੁਕਮ ਨਾਲ ਤਸੱਲੀ ਗਰੰਟੀ ਹੈ। ਫੁੱਲ ਪਿੱਛੇ ਹਟ ਕੇ ਵਿਖਾ ਰਿਹਾ ਦੋਸਤਾਂ ਨੂੰ, ਚੰਗੀਆਂ ਕੱਦਾਂ ਵਾਲੀਆਂ ਮਈਆਂ ਸੋਹਣੀਆਂ, ਰੇਟ ਇਨਸ਼ਾਅੱਲਾ ਤਿਆਰ ਹੋਈਆਂ ਦੇ ਹੋਣਗੇ। ਹੁਣ ਸਿਰਫ ਦੋਸਤਾਂ ਨੂੰ ਸ਼ੌਕ ਕਰਾਈ ਜਾਂਦੇ ਹਾਂ,
ਅਗਰ ਹਾਂ ਵੇਚਣੀਆਂ ਹੈ ਕਿਹੜਾ ਰੱਖਣੀਆਂ। ਅਗਰ ਕਿਸੇ ਭਰਾ ਦੇ ਦਿਲ ਲੱਗ ਗਈਆਂ ਮੌਕੇ 'ਤੇ ਆਏ ਆ ਕੇ ਮੱਝਾਂ ਦੀ ਤਸੱਲੀ ਕਰੇ ਸ਼ੌਕ ਕਰੇ ਅਤੇ ਫਿਰ ਇਨਸ਼ਾਅੱਲਾ ਵੇਚ ਵੀ ਦੇਵਾਂਗੇ। ਉਹ ਮਾਈ ਮੀਣੀ ਨੂੰ ਕਰੀ ਤਰ੍ਹਾਂ ਦੋਸਤਾਂ ਨੇ ਕੈਸੀਆਂ ਪਿਆਰੀਆਂ ਮਾਸ਼ਾਅੱਲਾ। ਕਿਉਂ ਰੇਟ ਥੋੜ੍ਹਾ ਜਿਹਾ ਆਪ ਜ਼ਿਆਦਾ ਭਰਨੇ ਪੈਂਦੇ ਆ ਵਿੱਚ ਰੇਟ ਲਾਈਏ। ਮੱਝਾਂ ਕੱਚੀਆਂ ਦੋਸਤ ਕਹਿਣਗੇ ਕਿ ਬੋਲਦੇ ਪਏ, ਮੱਝਾਂ ਤਿਆਰ ਹੋਈਆਂ ਇਨਸ਼ਾਅੱਲਾ ਦੋਸਤਾਂ ਨੇ ਫਿਰ ਸ਼ੌਕ ਕਰਾਵਾਂਗੇ। ਅਗਰ ਕਿਸੇ ਭਰਾ ਦੇ ਨਸੀਬ 'ਚ ਹੋਈ ਮਾਲ ਅਲਹਮਦੁਲਿਲਾ ਘਰ ਹੀ ਵਿਕਦਾ ਵਾ। ਵੀਡੀਓ ਨਾ ਵੀ ਲਾਈਏ ਸਿਰਫ ਵੀਡੀਓ ਇਹ ਵੀ ਸ਼ੌਕ ਆ ਚਲੋ ਦੋਸਤਾਂ ਨੂੰ। ਹਾਂ ਪਿੱਛੇ ਮੁੜੀ ਮਿਣੀ ਮੈਂ ਵਿਖਾਉਂਦੇ ਰਹੀਦਾ ਅਤੇ ਇਨਸ਼ਾਅੱਲਾ ਵਿਖਾਉਂਦੇ ਹੀ ਰਹਿਣਾ ਵਾ। ਐਮ ਆਈ ਪੂਰੀ ਦੋਸਤਾਂ ਪੜ੍ਹਨੀ ਹੈ ਤੂੰ ਨਹੀਂ ਨਹੀਂ ਕੋਲੀ ਨਹੀਂ ਕੋਲੀ ਵਾਲੀ ਥਾਂ ਜ਼ਰਾ ਕੁ ਜਿੰਨਾ ਮਾਸ ਪੂਰੀ ਭਲਵਾਨ ਮੱਝ ਐਮ ਅੱਜ ਮਾਸ਼ਾਅੱਲਾ ਉਸ ਤੋਂ ਹੀ ਭਲਵਾਨ ਦੋਵੇਂ ਮਈ ਬੜੇ ਸ਼ੌਕ ਨਾਲ ਲਈਆਂ। ਅੱਲਾ ਪਾ ਕੇ ਦੀ ਜਾਤੀ ਕਰੇ ਦੁਆ ਕਰਨੀ ਭਰਾਵਾਂ ਨੇ ਕਿ ਖੈਰੀ ਖੈਰੀ ਤਿਆਰ ਹੋਣ ਅਤੇ ਦੋਸਤਾਂ ਨੇ ਇਨਸ਼ਾਅੱਲਾ ਸ਼ੌਕ ਕਰਾਵਾਂ। ਕਿੰਨਾ ਪਿੰਜ ਨੂੰ ਪੁੱਠਾ ਚੌੜਾ ਕੰਡ ਮਾਈ ਨੂੰ ਪੱਧਰ ਆ ਹਰ ਸ਼ੈ ਮਾਈ ਕੋਲ ਲਾ ਦੇ ਹੁਕਮ ਪੂਰੀ ਮੋੜੀ ਦਰਾਂ ਕੱਚੀ ਮਾਈ ਤਾਂ ਕਰਕੇ ਰੇਟ ਨਹੀਂ ਲਾਉਂਦੇ ਪੈਣੀ ਤਾਂ ਇਨਸ਼ਾਅੱਲਾ ਦੋਸਤਾਂ ਨੂੰ ਪੂਰੇ ਸ਼ੌਕ ਕਰਾਉਣੇ ਸੀ। ਉਮੀਦ ਕਰਨੇ ਆ ਫਿਰ ਵੀਡੀਓ ਆਏਗੀ ਦੋਸਤਾਂ ਨੂੰ ਪਸੰਦ, ਵੀਡੀਓ ਪਸੰਦ ਆਉਂਦੀ ਸੱਜਰਾਂ ਮੱਝਾਂ ਵੀ ਹੈਗੀਆਂ ਮਤਲਬ ਅੰਦਰ ਖੜੀਆਂ ਹੋਈਆਂ। ਉਮੀਦ ਕਰਨੀ ਕਿ ਵੀਡੀਓ ਆਏਗੀ ਦੋਸਤਾਂ ਨੂੰ ਪਸੰਦ, ਵੀਡੀਓ ਪਸੰਦ ਆਉਂਦੀ ਯਾਰਾਂ ਦੋਸਤਾਂ ਨੇ ਸ਼ੇਅਰ, ਜਿਹਨਾਂ ਦੋਸਤਾਂ ਸਾਡਾ ਚੈਨਲ ਨਹੀਂ ਕੀਤਾ ਸਬਸਕ੍ਰਾਈਬ ਚੈਨਲ ਸਬਸਕ੍ਰਾਈਬ। ਇੱਕ ਅਗਲੀ ਤਾਂ ਨਵੀਂ ਬਿਹਤਰੀਨ ਵੀਡੀਓ ਨੂੰ ਫਿਰ ਹਾਜ਼ਰ ਹੋਵਾਂਗੇ। ਉਸ ਟਾਈਮ ਤੱਕ ਆਪਣੀ ਮੇਜ਼ਬਾਨ ਅਸਗਰ ਗੁੱਜਰ ਨੂੰ ਇਜਾਜ਼ਤ, ਮਿਲਦੇ ਹਾਂ ਇੱਕ ਅਗਲੀ ਅਤੇ ਨਵੀਂ ਬਿਹਤਰੀਨ ਵੀਡੀਓ ਨਾਲ। ਅੱਲਾ ਹਾਫਿਜ਼।